ਹਾਂਜੀ ਕੀ ਹਾਲ ਨੇ ਅੱਜ ਜਿਹੜੀ ਆਪਾਂ ਰੈਮਡੀ ਲੈ ਕੇ ਆਏ ਤੁਹਾਡੇ ਲਈ हेयर कलर ਜਿਵੇਂ ਤੁਸੀਂ ਡਾਈ ਕਰਦੇ ਹੋ ਹੋਰ ਕਾਫੀ ਕੰਪਨੀ ਦੀ ਜਿਹਦੇ ਵਿੱਚ ਕੈਮੀਕਲ ਹੁੰਦੇ ਆ ਬਹੁਤ ਜ਼ਿਆਦਾ ਤਾਂ ਤੁਸੀਂ ਦੇਸੀ ਡਾਈ ਘਰੇ ਤਿਆਰ ਕਰ ਸਕਦੇ ਜਿਹਦੇ ਨਾਲ ਤੁਹਾਡੇ ਵਾਲ ਸਫੇਦ ਨੇ ਬਿਲਕੁਕੁਲੀ ਕਾਲੇ ਹੋ ਜਾਣਗੇ ਤੁਸੀਂ ਨੇ ਕੀ ਕਰਨਾ ਹੈ ਸਰੋਂ ਦਾ ਤੇਲ ਲੈਣਾ ਉਹਦੇ ਵਿੱਚ ਦੋ ਚਮਚ ਹਲਦੀ ਦੇ ਪਾਉਣੇ ਨੇ ਉਹਨੂੰ ਚੰਗੀ ਤਰ੍ਹਾਂ ਪਕਾਉਣਾ ਫਿਰ ਉਹਦੇ ਵਿੱਚ ਇੱਕ ਚਮਚ ਤੁਸੀਂ ਕਾਫੀ ਦਾ ਐਡ ਕਰ ਦੇਣਾ ਫਿਰ ਉਹਨੂੰ ਇੱਕ ਕਟੋਰੀ ਦੇ ਵਿੱਚ ਕੱਢ ਕੇ ਰੱਖ ਲਓ ਉਹਦੇ ਵਿੱਚ ਤੁਸੀਂ ਦੋ ਕੈਪਸੂਲ ਵਿਟਾਮਿਨ E ਦੇ ਮਿਕਸ ਕਰ ਦੇਣੇ ਨੇ ਇਸ ਤੋਂ ਬਾਅਦ ਤੁਸੀਂ ਨੇ ਨਿੰਬੂ ਦਾ ਰਸ ਮਿਕਸ ਕਰਨਾ ਹੈ 5-7 ਬੂੰਦਾਂ ਨਿੰਬੂ ਦੇ ਰਾਦਿਆਂ ਮਿਕਸ ਕਰਕੇ ਚੰਗੀ ਤਰ੍ਹਾਂ ਹਿਲਾਓ ਤੇ ਇਸ ਨੂੰ ਆਪਣੇ ਵਾਲਾਂ ਦੇ ਉੱਤੇ ਲਗਾਓ ਜਿਹੜੇ ਸਫੇਦ ਹੋ ਚੁੱਕੇ ਨੇ ਦਾੜੀ ਦੇ ਉੱਤੇ ਵੀ ਲਗਾ ਸਕਦੇ ਨੇ ਵੀਰ 25 ਤੋਂ 30 ਮਿੰਟ ਇਹਨੂੰ ਰੱਖਣਾ ਹੈ ਉਸ ਤੋਂ ਬਾਅਦ ਆਪਣੇ ਵਾਲ ਧੋ ਦੋ ਤੁਹਾਨੂੰ ਕੋਈ ਵੀ ਨਹੀਂ ਕਹੇਗਾ ਸਭ ਕਹਿਣਗੇ ਵੀ ਬਾਜੀ ਕਿਆ ਚੀਜ਼ ਵਰਤ ਲਈ ਤੁਹਾਡੇ ਵਾਲ ਬਿਲਕੁਲ ਹੀ ਕਾਲੇ ਹੋ ਗਏ ਜਿੱਦਾਂ ਤੁਹਾਡੇ ਜਵਾਨੀ ਦੇ ਵਿੱਚ ਵਾਲ ਸੀ ਉਵੇਂ ਦੇ ਕਾਲੇ ਵਾਲ ਹੋ ਗਏ